ਮਹਾਨਗਰ ਦੇ ਜ਼ਿਆਦਾਤਰ ਸਪਾ ਸੈਂਟਰਾਂ ਦੇ ਵਿੱਚ ਜਿਸਮ ਫਰੋਸ਼ੀ ਦਾ ਧੰਦਾ ਫੁੱਲ ਸਪੀਡ ਦੇ ਨਾਲ ਚੱਲ ਰਿਹਾ ਤੇ ਕਈ ਵਾਰੀ ਪ੍ਰਸ਼ਾਸਨ ਨੂੰ ਚਿਤਾਉਣ ਦਾ ਯਤਨ ਵੀ ਕੀਤਾ ਗਿਆ ਪਰ ਪ੍ਰਸ਼ਾਸਨ ਦੇ ਕੰਨਾਂ ਤੇ ਜੂੰ ਨਹੀਂ ਸਰਕ ਰਹੀ। ਪਰ ਇੱਕ ਪੱਤਰਕਾਰ ਦੀ ਟੀਮ ਨੇ 50 ਤੋਂ ਜ਼ਿਆਦਾ ਸਪਾ ਸੈਂਟਰਾਂ ਦੀ ਗੁਪਤ ਢੰਗ ਦੇ ਨਾਲ ਛਾਣਬੀਣ ਕੀਤੀ ਹੈ ਤੇ ਪਤਾ ਲੱਗਾ ਹੈ ਕਿ ਥਾਈਲੈਂਡ ਦੀਆਂ ਲੜਕੀਆਂ ਅਤੇ 6 ਅਫਰੀਕਨ ਅਤੇ 2 ਰਸ਼ੀਅਨ ਲੜਕੀਆਂ ਜਿਸਮ ਫਰੋਸ਼ੀ ਦਾ ਧੰਦਾ ਕਰ ਰਹੀਆਂ ਨੇ। ਇਹਨਾਂ 'ਚੋਂ ਜ਼ਿਆਦਾਤਰ ਲੜਕੀਆਂ ਜਿਸਮ ਫਰੋਸ਼ੀ ਦਾ ਧੰਦਾ ਕਰਦੀਆਂ ਨੇ ਤੇ ਇਹਨਾਂ 'ਚੋਂ ਜ਼ਿਆਦਾਤਰ ਲੜਕੀਆਂ ਟੂਰਿਸਟ ਵੀਜ਼ਾ 'ਤੇ ਭਾਰਤ 'ਚ ਆਈਆਂ ਨੇ ਤੇ ਸੂਤਰਾਂ ਦੇ ਅਨੁਸਾਰ ਇਹਨਾਂ 48 ਲੜਕੀਆਂ 'ਚੋਂ ਸਿਰਫ 3 ਥਾਈ ਲੜਕੀਆਂ ਕੋਲ ਵਰਕ ਪਰਮਿਟ ਹਨ ਪਰ ਵਰਕ ਪਰਮਿਟ ਅਨੈਤਿਕ ਕਾਰਜਾਂ ਦੇ ਲਈ ਨਹੀਂ ਹੈ। ਇਸ ਤਰ੍ਹਾਂ ਨਹੀਂ ਹੈ ਕਿ ਸਿਰਫ ਥਾਈਲੈਂਡ, ਰਸ਼ੀਆ ਅਤੇ ਅਫਰੀਕਾ ਦੀਆਂ ਲੜਕੀਆਂ ਹੀ ਜਿਸਮ ਫਰੋਸ਼ੀ ਦਾ ਧੰਦੇ 'ਚ ਸ਼ਾਮਲ ਨੇ, ਜਦਕਿ ਨੌਰਥ ਇੰਡੀਆ ਦੀ ਗੱਲ ਕਰੀਏ ਤਾਂ ਪੰਜਾਬ, ਜੰਮੂ, ਦਿੱਲੀ, ਹਰਿਆਣਾ, ਯੂਪੀ ਅਤੇ ਨੌਰਥ ਈਸਟ ਭਾਰਤ ਤੋਂ ਮਣੀਪੁਰ, ਨਾਗਾਲੈਂਡ, ਮਿਜ਼ੋਰਮ ਅਤੇ ਅਰੁਣਾਚਲ ਪ੍ਰਦੇਸ਼ ਦੇ ਸਮੇਤ ਕਈ ਹੋਰ ਰਾਜਾਂ ਦੀਆਂ ਲਗਭਗ 1200 ਤੋਂ ਜ਼ਿਆਦਾ ਲੜਕੀਆਂ ਮਹਾਨਗਰ ਦੇ ਵੱਖ ਵੱਖ ਸਪਾ ਸੈਂਟਰਾਂ 'ਚ ਅਨੈਤਿਕ ਤੌਰ 'ਤੇ ਜਿਸਮ ਫਰੋਸ਼ੀ ਕਰ ਰਹੀਆਂ ਨੇ। ਇਹਨਾਂ ਦੇ ਵਿੱਚੋਂ ਕੁਝ ਹੀ ਇਸ ਤਰ੍ਹਾਂ ਦੀਆਂ ਲੜਕੀਆਂ ਹਨ ਹੋਣਗੀਆਂ ਜੋ ਕਿ ਸਪਾ ਸੈਂਟਰ ਦੇ ਵਿੱਚ ਮਸਾਜ ਦੀ ਸੇਵਾ ਸਹੀ ਢੰਗ ਦੇ ਨਾਲ ਨਿਯਮਾਂ ਦੇ ਅਨੁਸਾਰ ਨਿਯਮਾਂ ਦੀ ਪਾਲਣਾ ਕਰਦੇ ਹੋਏ ਕਰਦੀਆਂ ਹੋਣਗੀਆਂ, ਨਹੀਂ ਤਾਂ ਜ਼ਿਆਦਾਤਰ ਜਿਹੜੀਆਂ ਲੜਕੀਆਂ ਨੇ ਉਹ ਸਿਰਫ ਅਨੈਤਿਕ ਕਾਰਜਾਂ ਨੂੰ ਹੀ ਅੰਜਾਮ ਦੇ ਰਹੀਆਂ ਨੇ, ਜਿਸ ਕਾਰਨ ਸਭ ਤੋਂ ਜ਼ਿਆਦਾ ਨੌਜਵਾਨ ਪੀੜ੍ਹੀ 'ਤੇ ਇਸਦਾ ਬੁਰਾ ਪ੍ਰਭਾਵ ਪੈ ਰਿਹਾ। ਅਤੇ ਇੱਕ ਟੀਮ ਨੇ ਜਦ ਸਪਾ ਸੈਂਟਰ ਗਈ ਅਤੇ ਜਿੱਥੇ ਥਾਈਲੈਂਡ ਦੀਆਂ ਲੜਕੀਆਂ ਕੰਮ ਕਰ ਰਹੀਆਂ ਨੇ ਤਾਂ ਉਸਨੂੰ ਪਤਾ ਲੱਗਾ ਕਿ ਉਹਨਾਂ ਨੂੰ ਪੁਲਿਸ ਵਿਭਾਗ ਦੇ ਇੱਕ ਉੱਚ ਅਧਿਕਾਰੀ ਦਾ ਸਮਰਥਨ ਪ੍ਰਾਪਤ ਹੈ ਅਤੇ ਹੁਣ ਉਹ ਕਿਹੜਾ ਪੁਲਿਸ ਉੱਚ ਅਧਿਕਾਰੀ ਹੈ ਜਿਸ ਦਾ ਇਹਨਾਂ ਸਪਾ ਸੈਂਟਰਾਂ ਨੂੰ ਸਮਰਥਨ ਪ੍ਰਾਪਤ ਹੈ, ਉਹ ਤਾਂ ਪੁਲਿਸ ਦੀ ਉੱਚ ਪੱਧਰੀ ਜਾਂਚ ਵਿੱਚ ਹੀ ਖੁਲਾਸਾ ਹੋ ਸਕਦਾ ਹੈ। ਅਤੇ ਮਹਾਨਗਰ ਦੇ 14 ਸਪਾ ਸੈਂਟਰਾਂ ਦੇ ਇਸ ਤਰ੍ਹਾਂ ਦੇ ਮਿਲੇ ਜਿੱਥੇ ਥਾਈਲੈਂਡ ਦੀਆਂ ਲੜਕੀਆਂ ਹਨ ਅਤੇ ਛਾਣਬੀਣ ਕਰਨ 'ਤੇ ਪਤਾ ਲੱਗਾ ਹੈ ਕਿ 14 ਇਸ ਤਰ੍ਹਾਂ ਦੇ ਸਪਾ ਸੈਂਟਰ ਅਤੇ 5 ਸਪਾ ਸੈਂਟਰ ਇੱਕ ਹੀ ਮਾਲਕ ਦੇ ਨੇ ਜਿਨ੍ਹਾਂ ਨੂੰ ਇੱਕ ਹੀ ਵਿਅਕਤੀ ਦੇ ਨਿਰਦੇਸ਼ਨਾਂ ਦੇ ਵਿੱਚ ਚਲਾਇਆ ਜਾ ਰਿਹਾ ਹੈ ਅਤੇ ਜਿੱਥੇ ਲਗਭਗ 20 ਤੋਂ ਜ਼ਿਆਦਾ ਥਾਈਲੈਂਡ ਦੀਆਂ ਲੜਕੀਆਂ ਕੰਮ ਕਰ ਰਹੀਆਂ ਨੇ, ਜਦਕਿ 3 ਸਪਾ ਸੈਂਟਰਾਂ ਦੇ 1 ਮਾਲਕ ਦੇ ਨਿਰਦੇਸ਼ਨਾਂ 'ਤੇ 2 ਕਰਮਚਾਰੀ ਕੰਮ ਕਰ ਰਹੇ ਹੈ ਅਤੇ ਜਿੱਥੇ 17 ਥਾਈਲੈਂਡ ਦੀਆਂ ਲੜਕੀਆਂ ਨੇ। ਲੋਕਡਾਊਨ ਤੋਂ ਬਾਅਦ 2021 ਤੋਂ ਜ਼ਿਆਦਾ ਤੱਕ ਸਪਾ ਸੈਂਟਰਾਂ ਦਾ ਧੰਦਾ ਕਈ ਗੁਣਾ ਉਹਦੇ ਵਿੱਚ ਤੇਜ਼ੀ ਆਈ ਹੈ, ਜਿਸ ਦਾ ਮੁੱਖ ਕਾਰਨ ਪੁਲਿਸ ਪ੍ਰਸ਼ਾਸਨ ਵੱਲੋਂ ਇਹਨਾਂ ਅਨੈਤਿਕ ਕਾਰਜਾਂ ਨੂੰ ਕਰਨ ਵਾਲੇ ਮੁਲਜ਼ਮਾਂ ਨੂੰ ਸਮਰਥਨ ਦੇਣਾ ਹੈ। ਸਪਾ ਸੈਂਟਰਾਂ ਦੇ ਵਿੱਚ ਨਾ ਤਾਂ ਨਿਯਮਾਂ ਦੀ ਪਾਲਣਾ ਹੁੰਦੀ ਹੈ, ਜਿਵੇਂ ID, ਕੈਮਰੇ 'ਚ ਕੁੰਡੀ ਦਾ ਨਾ ਹੋਣਾ, ਕੈਮਰੇ ਚਾਲੂ ਹਾਲਾਤ ਵਿੱਚ ਹੋਣਾ, ਇਸ ਤਰ੍ਹਾਂ ਦੇ ਕਈ ਨਿਯਮ ਨੇ ਜੋ ਕਿ ਸਪਾ ਸੈਂਟਰਾਂ ਵੱਲੋਂ ਪੂਰੇ ਨਹੀਂ ਕੀਤੇ ਜਾ ਰਹੇ ਅਤੇ 3 ਪ੍ਰਤੀਨਿਧੀਆਂ ਨੇ 15 ਦਿਨ ਦੇ ਵਿੱਚ ਇਹਨਾਂ 50 ਸਪਾ ਸੈਂਟਰਾਂ ਦੀ ਜਾਂਚ ਪੜਤਾਲ ਕੀਤੀ ਹੈ। ਸਮੇਂ ਸਮੇਂ 'ਤੇ ਪ੍ਰਸ਼ਾਸਨ ਅਤੇ ਪੁਲਿਸ ਵਿਭਾਗ ਨੂੰ ਜਿਸਮ ਫਰੋਸ਼ੀ ਦੇ ਧੰਦੇ ਤੋਂ ਜਾਣੂ ਕਰਵਾਇਆ ਗਿਆ ਹੈ, ਪਰ ਮਹਾਨਗਰ ਦੇ ਵਿੱਚ ਜਿਸਮ ਫਰੋਸ਼ੀ ਦੇ ਧੰਦੇ ਨੂੰ ਲੈ ਕੇ ਪੁਲਿਸ ਉੱਚ ਅਧਿਕਾਰੀਆਂ ਦੀ ਮਾਨਸਿਕਤਾ ਵੱਖਰੀ ਹੀ ਦਿਖਾਈ ਦਿੱਤੀ ਹੈ।
ਇਸ ਸੰਬੰਧੀ DSP ਲਾਅ ਐਂਡ ਆਰਡਰ ਜਸਕਰਨ ਸਿੰਘ ਤੇਜਾ ਨਾਲ ਸੰਪਰਕ ਕਰਨ ਤੇ ਉਹਨਾਂ ਨੇ ਦੱਸਿਆ ਕਿ ਜੇਕਰ ਸਪਾ ਸੈਂਟਰਾਂ ਦੇ ਵਿੱਚ ਜਿਸਮ ਫਰੋਸ਼ੀ ਦਾ ਧੰਦਾ ਚੱਲ ਰਿਹਾ ਤਾਂ ਪੁਲਿਸ ਹਰ ਕੀਮਤ ਤੇ ਇਸ ਨੂੰ ਰੋਕੇਗੀ। ਜੇਕਰ ਕਿਸੇ ਪੁਲਿਸ ਕਰਮਚਾਰੀ ਦੀ ਸ਼ਮੂਲੀਅਤ ਅਤੇ ਮਿਲੀ ਭੁਗਤ ਪਾਈ ਜਾਂਦੀ ਹੈ ਤਾਂ ਪੁਲਿਸ ਸਖ਼ਤ ਤੋਂ ਸਖ਼ਤ ਕਾਰਵਾਈ ਕਰੇਗੀ। ਥਾਈਲੈਂਡ ਦੀਆਂ ਲੜਕੀਆਂ ਅਨੈਤਿਕ ਕਾਰਜ ਨੂੰ ਅੰਜਾਮ ਦੇ ਰਹੀਆਂ ਨੇ ਤਾਂ ਮਹਾਨਗਰ ਦੇ ਕਿਸੇ ਵੀ ਸਪਾ ਸੈਂਟਰ ਨੂੰ ਨਹੀਂ ਬਖਸ਼ਣਗੇ।